सत श्री अकाल दोस्तों, अज पंजाब दे मुख्यमंत्री भगवंत मान द्वारा यह कहा गया कि चरणजीत सिंह चन्नी ने किसी प्लेयर तो 2 करोड़ रुपए की मांग की, पर चरणजीत सिंह चन्नी ने अज कतलगढ़ साहब गुरद्वारा साहब विखे जाके इस चीज़ की सहुं चक के इस चीज़ का प्रमाण दिता कि उन्होंने उत्ते जिहड़े दोष लाए जा रहे हैं भगवंत मान द्वारा वह बेबुनियाद ने। मैं तुहाडे माध्यम नाल भगवंत मान नूं कहना चाहुंदा हां कि कतलगढ़ साहब का गुरद्वारा वह शहीदों का गुरद्वारा है जिथों की धरती बहुत ज़्यादा करड़ी धरती है, तो उत्थे अज चरणजीत सिंह चन्नी होरां ने सहुं चक के गल कही कि जे उन्होंने किसी तौर रुपया लिया इस मामले दे विच, जां उन्होंने कदे बदलियां दे बाबत जां नौकरियां दे बाबत आपदे भतीजे जां आपदे भाणजे थ्रू किसी पैसे की मंग की, तां परमात्मा उन्हां दा कख ना छड्डे। दूजे पासे भगवंत मान नूं मैं कहना चाहुंदा, भगवंत मान तू 4 दिन विजिलेंस द्वारा जांच तां की करवाउणी आ, जे तू सच्चा, जे तेरे कोले ओह प्लेयर आ, जे तेरे कोले ओह खिडारी आ जिन्हें कहा कि चरणजीत सिंह चन्नी ने 2 करोड़ रुपया मंगया, तू उस गुरद्वारा साहब की धरती के उत्ते ले जाके उस बंदे नू जनता के सामने पेश कर, पर तू नहीं कर सकता क्योंकि तेरे जिहड़े इल्जाम ला रहे हैं तू चरणजीत सिंह चन्नी ते वह बेमुनियाद ने। ये इल्जाम तराशियां तुसी तां कर रहे हो क्योंकि पंजाब दे लोग, पंजाब दी जनता तुहाडी धर्मशाला वाली जिहड़ी फेरी हुई है उहनू लैके तुहानू सवाल कर रही है कि तुसी पंजाब दा पैसा, पंजाब दे लोकां दी खून पसीने दी कमाई क्यों उड़ा रहे हो। जदों कैप्टन अमरिंदर सिंह चरणजीत सिंह चन्नी हैलीकॉप्टर नूं लैके जांदे सी उदों तुसी इह गल कहिंदे हुंदे सी कि तुसी इस चीज़ नूं गड्ढा बना रख्या हैलीकॉप्टर नूं, पर हुण जदों तुहानूं पंजाब दे लोक इह पुछदे आ कि पंजाब दा जिहड़ा हैलीकॉप्टर आ, सरकार दा हैलीकॉप्टर आ, कि इह तुहाडे परिवार नूं घुमाउण नूं रख्या, तुहाडी माता जी नूं घुमाउण नूं रख्या, तां इहनां गल्लां नूं घुमाउण वास्ते तुसी इक एक्टर चंगे हो, तां उह सारी गल नूं घुमाउण वास्ते अज तुसी नवां ही मुद्दा हाईलाइट कर दित्ता। कदें PTC ਦੇ ਵਿੱਚ ਖਬਰਾਂ ਚਲਾਉਣ ਦਾ ਮੁੱਦਾ, ਕਦੇ PTC ਨੂੰ ਬਾਣੀ ਚਲਾਉਣ ਦਾ ਮੁੱਦਾ, ਕਦੇ ਜਥੇਦਾਰ ਸਾਹਿਬ ਦੇ ਉੱਪਰ ਸਵਾਲ, ਕਦੇ ਚਰਨਜੀਤ ਸਿੰਘ ਚੰਨੀ ਦੇ ਰੋਜ਼ ਨਵੇਂ ਤੋਂ ਨਵਾਂ ਸ਼ਬੂਫਾ। ਸੋ ਤੁਹਾਨੂੰ ਬੇਨਤੀ ਕਰਦਾ ਮੈਂ ਫਿਰ, ਜੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕੋਲ ਕੋਈ ਬੰਦਾ, 4 ਦਿਨਾਂ ਦੀ ਵੇਟ ਨਾ ਕਰੋ, ਉਸ ਬੰਦੇ ਨੂੰ ਲਿਆ ਕੇ ਪ੍ਰੈਸ ਕਾਨਫਰੰਸ ਕਰੋ। ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ, ਤੁਹਾਨੂੰ ਕੋਈ ਸਵਾਲ ਨਹੀਂ ਕਰ ਸਕਦਾ, ਤੁਸੀਂ ਇਸ ਗੱਲ ਕਰਕੇ ਉਹ ਬੰਦੇ ਨੂੰ ਜਨਤਾ ਦੇ ਸਾਹਮਣੇ ਪੇਸ਼ ਕਰੋ ਅਤੇ ਸੱਚ ਅਤੇ ਝੂਠ ਦਾ ਨਿਤਾਰਾ ਕਰੋ। ਧੰਨਵਾਦ। ਪਰ ਚਰਨਜੀਤ ਸਿੰਘ ਚੰਨੀ ਨੇ ਅੱਜ ਕਤਲਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਇਸ ਚੀਜ਼ ਦੀ ਸਹੁੰ ਚੱਕ ਕੇ ਇਸ ਚੀਜ਼ ਦਾ ਪ੍ਰਮਾਣ ਦਿੱਤਾ ਕਿ ਉਹਨਾਂ ਦੇ ਉੱਤੇ ਜਿਹੜੇ ਦੋਸ਼ ਲਾਏ ਜਾ ਰਹੇ ਨੇ ਭਗਵੰਤ ਮਾਨ ਦੁਆਰਾ ਉਹ ਬੇਬੁਨਿਆਦ ਨੇ। ਮੈਂ ਤੁਹਾਡੇ ਮਾਧਿਅਮ ਨਾਲ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਕਤਲਗੜ੍ਹ ਸਾਹਿਬ ਦਾ ਗੁਰਦੁਆਰਾ ਉਹ ਸ਼ਹੀਦਾਂ ਦਾ ਗੁਰਦੁਆਰਾ ਹੈ ਜਿੱਥੋਂ ਦੀ ਧਰਤੀ ਬਹੁਤ ਜ਼ਿਆਦਾ ਕਰੜੀ ਧਰਤੀ ਹੈ, ਅਤੇ ਉੱਥੇ ਅੱਜ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਸਹੁੰ ਚੱਕ ਕੇ ਗੱਲ ਕਹੀ ਕਿ ਜੇ ਉਹਨਾਂ ਨੇ ਕਿਸੇ ਤੋਂ ਰੁਪਈਆ ਲਿਆ ਇਸ ਮਾਮਲੇ ਦੇ ਵਿੱਚ, ਜਾਂ ਉਹਨਾਂ ਨੇ ਕਦੇ ਬਦਲੀਆਂ ਦੇ ਬਾਬਤ ਜਾਂ ਨੌਕਰੀਆਂ ਦੇ ਬਾਬਤ ਆਪਦੇ ਭਤੀਜੇ ਜਾਂ ਆਪਦੇ ਭਾਣਜੇ ਥਰੂ ਕਿਸੇ ਪੈਸੇ ਦੀ ਮੰਗ ਕੀਤੀ ਆ, ਤਾਂ ਪਰਮਾਤਮਾ ਉਹਨਾਂ ਦਾ ਕੱਖ ਨਾ ਛੱਡੇ। ਦੂਜੇ ਪਾਸੇ ਭਗਵੰਤ ਮਾਨ ਨੂੰ ਮੈਂ ਕਹਿਣਾ ਚਾਹੁੰਦਾ, ਭਗਵੰਤ ਮਾਨ ਤੂੰ 4 ਦਿਨ ਵਿਜੀਲੈਂਸ ਦੁਆਰਾ ਜਾਂਚ ਤਾਂ ਕੀ ਕਰਵਾਉਣੀ ਆ, ਜੇ ਤੂੰ ਸੱਚਾ, ਜੇ ਤੇਰੇ ਕੋਲ ਉਹ ਪਲੇਅਰ ਆ, ਜੇ ਤੇਰੇ ਕੋਲ ਉਹ ਖਿਡਾਰੀ ਆ ਜਿਹਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ 2 ਕਰੋੜ ਰੁਪਈਆ ਮੰਗਿਆ, ਤੂੰ ਉਸੇ ਗੁਰਦੁਆਰਾ ਸਾਹਿਬ ਦੀ ਧਰਤੀ ਦੇ ਉੱਤੇ ਲਿਜਾ ਕੇ ਉਸ ਬੰਦੇ ਨੂੰ ਜਨਤਾ ਦੇ ਸਾਹਮਣੇ ਪੇਸ਼ ਕਰ, ਪਰ ਤੂੰ ਨਹੀਂ ਕਰ ਸਕਦਾ ਕਿਉਂਕਿ ਤੇਰੇ ਜਿਹੜੇ ਇਲਜ਼ਾਮ ਲਾ ਰਹੇ ਹਾਂ ਤੂੰ ਚਰਨਜੀਤ ਸਿੰਘ ਚੰਨੀ 'ਤੇ ਉਹ ਬੇਮੁਨਿਆਦ ਨੇ। ਇਹ ਇਲਜ਼ਾਮ ਤਰਾਸ਼ੀਆਂ ਤੁਸੀਂ ਤਾਂ ਕਰ ਰਹੇ ਹੋ ਕਿਉਂਕਿ ਪੰਜਾਬ ਦੇ ਲੋਕ, ਪੰਜਾਬ ਦੀ ਜਨਤਾ ਤੁਹਾਡੀ ਧਰਮਸ਼ਾਲਾ ਵਾਲੀ ਜਿਹੜੀ ਫੇਰੀ ਹੋਈ ਆ ਉਹਨੂੰ ਲੈ ਕੇ ਤੁਹਾਨੂੰ ਸਵਾਲ ਕਰ ਰਹੀ ਆ ਕਿ ਤੁਸੀਂ ਪੰਜਾਬ ਦਾ ਪੈਸਾ, ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਕਿਉਂ ਉਡਾ ਰਹੇ ਹੋ। ਜਦੋਂ ਕੈਪਟਨ ਅਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਹੈਲੀਕਾਪਟਰ ਨੂੰ ਲੈ ਕੇ ਜਾਂਦੇ ਸੀ ਉਦੋਂ ਤੁਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਤੁਸੀਂ ਇਸ ਚੀਜ਼ ਨੂੰ ਗੱਡਾ ਬਣਾ ਰੱਖਿਆ ਹੈਲੀਕਾਪਟਰ ਨੂੰ, ਪਰ ਹੁਣ ਜਦੋਂ ਤੁਹਾਨੂੰ ਪੰਜਾਬ ਦੇ ਲੋਕ ਇਹ ਪੁੱਛਦੇ ਆ ਕਿ ਪੰਜਾਬ ਦਾ ਜਿਹੜਾ ਹੈਲੀਕਾਪਟਰ ਆ, ਸਰਕਾਰ ਦਾ ਹੈਲੀਕਾਪਟਰ ਆ, ਕਿ ਇਹ ਤੁਹਾਡੇ ਪਰਿਵਾਰ ਨੂੰ ਘੁਮਾਉਣ ਨੂੰ ਰੱਖਿਆ, ਤੁਹਾਡੀ ਮਾਤਾ ਜੀ ਨੂੰ ਘੁਮਾਉਣ ਨੂੰ ਰੱਖਿਆ, ਤਾਂ ਇਹਨਾਂ ਗੱਲਾਂ ਨੂੰ ਘੁਮਾਉਣ ਵਾਸਤੇ ਤੁਸੀਂ ਇੱਕ ਐਕਟਰ ਚੰਗੇ ਹੋ, ਤਾਂ ਉਹ ਸਾਰੀ ਗੱਲ ਨੂੰ ਘੁਮਾਉਣ ਵਾਸਤੇ ਅੱਜ ਤੁਸੀਂ ਨਵਾਂ ਹੀ ਮੁੱਦਾ ਹਾਈਲਾਈਟ ਕਰ ਦਿੱਤਾ। ਕਦੇ PTC ਦੇ ਵਿੱਚ ਖਬਰਾਂ ਚਲਾਉਣ ਦਾ ਮੁੱਦਾ, ਕਦੇ PTC ਨੂੰ ਬਾਣੀ ਚਲਾਉਣ ਦਾ ਮੁੱਦਾ, ਕਦੇ ਜਥੇਦਾਰ ਸਾਹਿਬ ਦੇ ਉੱਪਰ ਸਵਾਲ, ਕਦੇ ਚਰਨਜੀਤ ਸਿੰਘ ਚੰਨੀ ਦੇ ਰੋਜ਼ ਨਵੇਂ ਤੋਂ ਨਵਾਂ ਸ਼ਬੂਫਾ। ਸੋ ਤੁਹਾਨੂੰ ਬੇਨਤੀ ਕਰਦਾ ਮੈਂ ਫਿਰ, ਜੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕੋਲ ਕੋਈ ਬੰਦਾ, 4 ਦਿਨਾਂ ਦੀ ਵੇਟ ਨਾ ਕਰੋ, ਉਸ ਬੰਦੇ ਨੂੰ ਲਿਆ ਕੇ ਪ੍ਰੈਸ ਕਾਨਫਰੰਸ ਕਰੋ। ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ, ਤੁਹਾਨੂੰ ਕੋਈ ਸਵਾਲ ਨਹੀਂ ਕਰ ਸਕਦਾ, ਤੁਸੀਂ ਇਸ ਗੱਲ ਕਰਕੇ ਉਹ ਬੰਦੇ ਨੂੰ ਜਨਤਾ ਦੇ ਸਾਹਮਣੇ ਪੇਸ਼ ਕਰੋ ਅਤੇ ਸੱਚ
ਤੇ ਝੂਠ ਦਾ ਨਿਤਾਰਾ ਕਰੋ। ਧੰਨਵਾਦ।